ਕੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਵੰਦਨਾ ਖਰਨਾ ਤੇ ਲੈ ਕੇ ਹਾਜ਼ਰ ਹੋ ਗਏ ਆ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਅਸਰ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਸੁਰੇਸ਼ ਸੇੜ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸੁਰੇਸ਼ ਸੇੜ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸੋ ਹੁਣ ਰੁਕ ਕਰਦੇ ਆਂ ਅੱਜ ਦੀਆਂ ਖਾਸ ਖਬਰਾਂ ਵੱਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਲਈ ਮੈਡੀਕਲ ਵੀਜ਼ਾ ਜਿਹੜਾ ਉਹ ਸੁਖਾਲਾ ਕਰ ਦਿੱਤਾ ਹੈ ਕਰੋਨਾ ਦੇ ਮੱਦੇਨਜ਼ਰ ਉਹਨਾਂ ਨੇ ਇਹਨਾਂ ਦੇਸ਼ਾਂ ਦੇ ਲਈ ਇਸ ਖਬਰ ਬਾਰੇ ਵਿਸਤਾਰ ਦੇ ਵਿੱਚ ਸਾਥੀ ਬਿਲਕੁਲ ਠੀਕ ਹੈ ਤੁਸੀਂ ਬਨਨਾ ਜੀ ਇਹੋ ਹੀ ਖਬਰ ਸਭ ਤੋਂ ਪਹਿਲਾਂ ਕਿਉਂਕਿ ਕੋਰੋਨਾ ਅਸਲੇ ਦਿਮਾਗ ਤੇ ਹਾਵੀ ਹੈ ਲੇਕਿਨ ਉਹਦਾ ਦਬਾਅ ਘਟ ਰਿਹਾ ਹੈ ਉਹਦਾ ਦਬਾਅ ਇਸ ਕਰਕੇ ਘਟ ਰਿਹਾ ਹੈ ਕਿ ਟੀਕੇ ਆ ਗਏ ਟੀਕੇ ਆ ਗਏ ਔਰ ਟੀਕਿਆਂ ਦੇ ਨਾਲ ਨਾਲ ਹੋਰ ਟੀਕੇ ਵੀ ਆ ਰਹੇ ਨੇ ਔਰ ਅਸਲੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਟੀਕਾ ਕਰਨ ਹੋਇਆ 90 ਲੱਖ ਦੇ ਕਰੀਬ ਬੰਦਿਆਂ ਨੂੰ ਟੀਕਾ ਲੱਗ ਚੁੱਕਾ ਹੈ ਜੀ ਔਰ ਲੇਕਿਨ ਇੱਕ ਬੜਾ ਇਨਸਾਨੀਅਤ ਵਾਲਾ ਕਦਮ ਚੁੱਕਿਆ ਹੈ ਹਿੰਦੁਸਤਾਨ ਨੇ ਔਰ ਉਹ ਕਦਮ ਕੀ ਹੈ ਕਿ ਜਿੰਨੇ ਸਾਰਕ ਦੇਸ਼ ਨੇ ਇਹਨਾਂ ਸਾਰਕ ਦੇਸ਼ਾਂ ਦੇ ਵਿੱਚ ਮੈਡੀਕਲ ਵੀਜ਼ਾ ਸੁਖਾਲਾ ਕਰਤਾ ਹੈ ਕਿ ਯਾਨੀ ਹਿੰਦੁਸਤਾਨ ਦਾ ਚੰਗਾ ਡਾਕਟਰ ਜੇ ਉਹਦੀ ਲੋੜ ਸਾਊਥ ਏਸ਼ੀਆ ਦੇ ਕਿਸੇ ਵੀ ਮੁਲਕ ਨੂੰ ਪੈਂਦੀ ਹੈ ਪਾਕਿਸਤਾਨ ਸਮੇਤ ਜੀ ਪਾਕਿਸਤਾਨ ਨੇ ਇਹਦਾ ਸਵਾਗਤ ਵੀ ਕੀਤਾ ਕਿ ਉਹ ਉੱਥੇ ਜਾ ਕੇ ਉਸ ਦਾ ਇਲਾਜ ਆਸਾਨੀ ਨਾਲ ਕਰ ਸਕਣਗੇ ਇਹਦਾ ਮਤਲਬ ਹੋਇਆ ਕਿ ਮੈਡੀਕਲ ਫੈਸਿਲਿਟੀਆਂ ਦੇ ਵਿੱਚ ਹੱਦਬੰਦੀ ਨਹੀਂ ਹੋਏਗੀ ਲੇਕਿਨ ਇੱਕ ਗੱਲ ਮੈਂ ਜ਼ਰੂਰ ਅਰਜ਼ ਕਰਦੇ ਹਾਂ ਕਿਉਂਕਿ ਰਾਤੀ ਮਹਾਰਾਸ਼ਟਰ ਤੋਂ ਬੰਬੇ ਤੋਂ ਵੀ ਖਬਰ ਆਈ ਹੈ ਉੱਥੇ ਲਾਕਡਾਊਨ ਦੀ ਦੇ ਫਿਰ ਤੋਂ ਨਿਯਮ ਲਾਗੂ ਹੋ ਰਹੇ ਨੇ ਔਰ ਉੱਥੇ ਫਿਰ وہی ਥੋੜੀ ਜੀ ਸਖਤੀ ਕਿਉਂਕਿ ਇਰਪਟ ਹੋ ਰਿਹਾ ਹੈ ਵੇਰੀਐਂਟ ਇਰਪਟ ਹੋ ਰਹੇ ਨੇ ਉਹਦੀ ਕਵਰੇਜ ਲਈ ਨਵੇਂ ਮੈਡੀਕਲ ਟੀਕੇ ਆ ਰਹੇ ਨੇ ਔਰ ਇਸ ਵੇਲੇ ਸਾਨੂੰ ਦਵਾਈ ਉਪਚਾਰ ਤੀਗਰ ਦੇ ਮਿਲ ਨਹੀਂ ਲੱਗ ਪਿਆ ਲੈਕਿਨ ਸਮਾਜਿਕ ਅੰਤਰ ਰੱਖਣਾ ਬਣਾ ਕੇ ਤੇ ਸਮਾਜਿਕ ਅੰਤਰ ਦੇ ਵਿੱਚ ਮਾਸਕ ਪਾਣਾ ਹੈ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੈ ਤੇ ਜਿਸ ਤਰ੍ਹਾਂ ਅਸੀਂ ਤੋਂ ਇੱਕ ਦੂਜੇ ਤੋਂ ਪਰ੍ਹਾਂ ਬੈਠੇ ਆ ਇਸ ਤਰ੍ਹਾਂ ਪਰ੍ਹਾਂ ਬੈਠ ਕੇ ਗੱਲ ਕਰਨੀ ਜੀ ਬਿਲਕੁਲ ਜੇ ਗੱਲ ਕਰੀਏ ਵੈਕਸੀਨ ਦੀ ਤਾਂ ਭਾਰਤ ਦੀ ਜਿਹੜੀ ਵੈਕਸੀਨ ਆ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਵੀ ਭਾਰਤ ਸਰਕਾਰ ਨੇ ਜਿਹੜੇ ਮਦਦ ਦੇ ਹੱਥ ਵਧਾਏ ਨੇ ਦੂਜੇ ਦੇਸ਼ਾਂ ਦੇ ਲਈ ਇਸ ਨੂੰ ਕਿਵੇਂ ਵੇਖਦੇ ਹੋ ਭਾਰਤ ਸਰਕਾਰ ਦੇ ਇੱਕ ਹੋਰ ਬੜੀ ਸਾਨੂੰ ਸਾਡੇ ਤੁਸੀਂ ਸਾਰੇ ਲੋਕ ਇੱਕ ਸ਼ਰੇ ਲੈ ਸਕਦੇ ਅਸੀਂ ਇਸ ਗੱਲ ਦਾ ਕ੍ਰੈਡਿਟ ਲੈ ਸਕਦੇ ਆ ਕਿ ਜਿਹੜਾ ਸਾਡਾ ਟੀਕਾ ਹੈਗਾ ਕੋਵੈਕਸੀਨ ਉਹ ਬਹੁਤ ਪ੍ਰਭਾਵਸ਼ਾਲੀ ਰਿਹਾ ਔਰ ਇਹਦੇ ਅਲਾਵਾ ਭਾਰਤ ਬਾਇਓਟੈਕ ਕਾਲੇ ਜਿਹੜੇ ਨਾਲ ਇੱਕ ਨੈਸਲ ਵੈਕਸੀਨ ਵੀ ਕਰ ਰਹੇ ਨੇ ਉਹ ਨੈਸਲ ਵੈਕਸੀਨ ਜੇ ਉਹ ਡਿਵੈਲਪ ਹੋ ਗਈ ਤੇ ਉਹਦੇ ਨਾਲ ਜਿਹੜੇ ਵੇਰੀਐਂਟ ਨੇ ਉਹਨਾਂ ਦੀ ਕਵਰੇਜ ਵੀ ਅਸੀਂ ਕਰ ਸਕਾਂਗੇ ਜੀ ਬਿਲਕੁਲ ਇਸ ਵਾਰ ਆਈਪੀਐਲ ਅਨਿਲਾਮੀ ਦੇ ਵਿੱਚ ਨਵੇਂ ਰਿਕਾਰਡ ਬਣੇ ਨੇ ਪੁਰਾਣੇ ਰਿਕਾਰਡ ਟੁੱਟੇ ਨੇ ਇਸ ਬਾਰੇ ਸ੍ਰੀ ਜੀ ਵਿਸਤਾਰ ਦੇ ਸਕਦਾ ਸੋ ਹਾਂ ক্রিকেট ਦੀ ਗੱਲ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਹਮੇਸ਼ਾ ਅੱਛੀ ਲੱਗਦੀ ਹੈ ਔਰ ਆਈਪੀਐਲ ਦੀ ਨਲਾਮੀ ਦਾ ਆਈਕਲ ਬੜਾ ਜ਼ੋਰ ਹੈ ਔਰ ਜਯਵਰਾਜ ਸਿੰਘ ਦੇ ਰਿਕਾਰਡ ਨੂੰ ਤੋੜ ਕੇ ਕ੍ਰਿਸ ਮੋਰੈਸੋਨ ਨੇ 16.25 ਕਰੋੜ ਰੁਪਏ ਦੀ ਬੋਲੀ ਤੇ ਲੇਕਿਨ ਕੈਪਡ ਜਿਹੜੇ ਪਲੇਅਰਸ ਨੇ ਉਹਨਾਂ ਚ ਅਜਵੀ ਵਿਰਾਟ ਕੋਹਲੀ ਸਭ ਤੋਂ ਅੱਗੇ ਨੇ 17 ਕਰੋੜ ਚ ਵਿਕੇ ਨੇ ਜੀ ਇੱਕ ਜਿਹੜੀ ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਆਈਪਲ ਦੇ ਵਿੱਚ ਆਈ ਏ ਉਹ ਇਹ ਹੈ ਕਿ ਅਰਜੁਨ ਤੰਦੁਲਕਰ ਸਚਨ ਤੰਦੁਲਕਰ ਦਾ ਬੇਟਾ ਜਿਹੜਾ ਉਹ بیس ਪ੍ਰਾਈਸ 20 ਲੱਖ ਤੇ ਵਿਕੇ ਔਰ ਇਹ ਬੜੀ ਇੰਟਰਸਟਿੰਗ ਗੱਲ ਹੋਏਗੀ ਕਿ ਇੱਕੋ ਟੀਮ ਚ ਪਿਓ ਤੇ ਪੁੱਤਰ ਦੋਨੋਂ ਖੇਡਣਗੇ ਬਿਲਕੁਲ ਔਰ ਇਹ ਜਿਹੜੀ ਵਿਰਾਸਤ ਹੈ ক্রিকেট ਦੀ ਇਹ ਅੱਗੇ ਚੱਲਣੀ ਚਾਹੀਦੀ ਹੈ ਔਰ ਮੈਂ ਇਹ ਦੇਖ ਰਿਹਾ ਕਿ ਆਈਪੀਐਲ ਤੋਂ ਮੁਕਾਬਲੇ ਤੇ ਸਸੰਸਨੀ ਪੈਦਾ ਕਰਦੇ ਹੀ ਨੇ ਲੇਕਿਨ ਜਿਸ ਤਰੀਕੇ ਨਾਲ ਅਸੀਂ ਆਪਣੀ ਟੈਸਟ ਸੀਰੀਜ਼ ਚ ਦੋਸਤਾਨ ਦੀ ਟੀਮ ਖੇਡ ਰਹੀ ਹੈ ਜਿਸ ਤਰ੍ਹਾਂ ਅਸੀਂ ਆਸਟ੍ਰੇਲੀਆ ਚ ਛੱਡੇ ਗੱਡ ਕੇ ਆਏ ਜਿਸ ਤਰ੍ਹਾਂ ਅਸੀਂ ਦੂਸਰੇ ਕ੍ਰਿਕਟ ਟੈਸਟ ਕ੍ਰਿਕਟ ਦੇ ਵਿੱਚ ਸਾਡੇ ਪਲੇਅਰਾਂ ਨੇ ਆਪਣੇ ਹੱਥ ਦਿਖਾਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਰਿਮਾਰਕੀਬਲ ਗੱਲ ਹੈ ਤੇ ਇੱਕ ਹੋਰ ਵੀ ਗੱਲ ਹੈ ਕਿ ਹੁਣ ਕ੍ਰਿਕਟ ਮੈਚ ਦੇ ਵਿੱਚ ਜਿਹੜੇ ਪਲੇਅਰ ਆ ਰਹੇ ਨੇ ਅੱਗੇ ਉਹ ਆਮ ਘਰਾਂ ਦੇ ਮੁੰਡੇ ਵੀ ਨੇ ਪਹਿਲਾਂ ਇਹ ਰਾਜਿਆਂ ਦਾ ਹੁੰਦਾ ਸੀ ਬਾਬਾ ਦਾ ਹੁੰਦਾ ਸੀ ਖੇਡ ਹੁਣ ਆਮ ਮੁੰਡੇ ਜਿਹੜੇ ਨੇ ਆਪਣੀ ਮਿਹਨਤ ਨਾਲ ਆਪਣੀ ਦਿਲਦਾਰੀ ਨਾਲ ਆਪਣੇ ਉਤਸ਼ਾਹ ਨਾਲ ਅੱਗੇ ਵਧ ਕੇ ਖੇਡ ਰਹੇ ਨੇ ਔਰ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਜੀ ਹੁਣ ਗੱਲ ਕਰਾਂਗੇ ਕਿਸਾਨੀ ਸੰਘਰਸ਼ ਦੀ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਜਿਹੜਾ ਸ਼ਾਂਤੀਪੂਰਵਕ ਰਿਹਾ ਪਰ ਸੁਰੇਸ਼ ਜੀ ਕੀ ਲੱਗਦਾ ਹੈ ਕਿ ਜਿਹੜਾ ਰੇਲ ਰੋਕਣਾ ਗੱਡੀਆਂ ਰੋਕਣਾ ਕਿੰਨਾ ਕੁ ਸਹੀ ਹੈ ਮੈਂ ਤਾਂ ਇਹ ਸਮਝਦਾ ਕਿ ਜਿਸ ਵੇਲੇ ਹੁਣ ਹਿੰਦੁਸਤਾਨ ਜਾਗ ਰਿਹਾ ਕੋਵਿਡ ਦਾ ਦਬਾਅ ਘਟ ਰਿਹਾ ਹੈ ਔਰ ਸਾਡੇ ਜਿਹੜੇ ਇਕਨੋਮਿਕ ਐਕਸਪਰਟੇ ਕਹਿ ਰਹੇ ਨੇ ਕਿ ਜਿਹੜੀ -7.7 ਦੀ ਜਿਹੜੀ ਇਕਨੋਮਿਕ ਪਿੱਛੇ ਨੂੰ ਅਸੀਂ ਇੱਕ ਗਿਰਾਵਟ ਆਇਆ ਉਹਨੂੰ ਅਸੀਂ ਪਾਰ ਕਰ ਜਾਣਾ ਔਰ 13% ਤੱਕ ਵੀ ਆ ਰਹੇ ਨੇ ਡਾਟਾ 11% 13% ਪਾਵੇਂ ਵਿਮਲ ਜਲਾਨ ਨੂੰ ਰਾਨੇ ਇਸ ਦਾ ਬਾਰੇ ਕੱਲ ਕਿਹਾ ਜਿਹੜੇ ਪੁਰਾ ਗਵਰਨਰ ਸੀ ਕਿ ਵਧੇਗਾ ਮੇਨਟੇਨ ਕਰਾਂਗੇ 1% ਅੱਗੇ ਜਾਵਾਂਗੇ ਐਸੀ ਹਾਲਤ ਦੇ ਵਿੱਚ ਮੋਬਿਲਿਟੀ ਬਹੁਤ ਜ਼ਰੂਰੀ ਹੈ ਔਰ ਰੇਲਵੇ ਨੂੰ ਬਾਧਤ ਕਰਨਾ 100 ਜਗ੍ਹਾ ਕੀਤਾ ਗਿਆ ਅੱਜ ਦੀ ਅੱਜ ਦਾ ਆਇਆ ਸਰਕਾਰਾਂ ਨੇ ਕਿਹਾ ਨਗਲੀ ਜਿਹਾ ਬਲ ਅਸਰ ਰਿਹਾ ਸ਼ਾਂਤੀ ਪੂਰਕ ਹੋਇਆ ਲੇਕਿਨ ਪੁੱਛੋ ਉਹਨਾਂ ਯਾਤਰੀਆਂ ਨੂੰ ਜਿਹੜੇ ਰੁਕ ਗਏ ਦਿੱਲੀ 'ਚ ਜਾਂ ਐਦਰ ਦਿੱਲੀ ਦੇ ਵਿੱਚ ਉਹਨਾਂ ਨੇ ਰੁਕੇ ਲੋਕਾਂ ਨੂੰ ਉਹ ਉਹਨਾਂ ਨੇ ਕਿਹਾ ਕਿ ਸਾਨੂੰ ਪਰੇਸ਼ਾਨੀ ਹੋਈ ਭਾਵੇਂ ਉੱਥੇ ਇੰਨਾ ਜ਼ਿਆਦਾ ਜ਼ੋਰ ਨਹੀਂ ਸੀ ਜ਼ਿਆਦਾ ਜ਼ੋਰ ਤੇ ਪੰਜਾਬ ਹਰਿਆਣਾ ਚ ਹੋਇਆ ਔਰ ਕੁਝ ਹੋਰ ਇਲਾਕਿਆਂ ਚ ਵੀ 100 ਦੇ ਕਰੀਬ ਜਗ੍ਹਾ ਤੇ ਪੰਜਾਬ ਹਰਿਆਣਾ ਚ ਬਾਦਤ ਹੋਇਆ ਹੈ ਔਰ ਮੈਂ ਇਸ ਸਮੇਂ ਨਾ ਕਿ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਅੱਛਾ ਫੈਸਲਾ ਨਹੀਂ ਇਹਦੇ ਨਾਲ ਪ੍ਰਵਾਹ ਯਾਤਰੀਆਂ ਤੇ ਜਿਆਦਾ ਪੈਂਦਾ ਸਰਕਾਰ ਤੇ ਪਤਾ ਨਹੀਂ ਪਵੇ ਕਿ ਨਾ ਪੜ ਜੀ ਬਿਲਕੁਲ ਹੁਣ ਗੱਲ ਕਰਾਂਗੇ ਪੈਟਰੋਲ ਤੇ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਦੀ ਵਾਧੀਆਂ ਕੀਮਤਾਂ ਨੂੰ ਦੇਖੀਏ ਤਾਂ ਸੁਰੇਸ਼ ਜੀ ਇੱਕ ਸਵਾਲ ਜਿਹੜਾ ਮਨ ਦੇ ਵਿੱਚ ਜ਼ਰੂਰ ਆਉਂਦਾ ਹੈ ਕਿ ਇਸ ਤੋਂ ਬਾਹਰ ਨਿਕਲਣ ਦਾ ਕੀ ਤਰੀਕਾ ਇਸ ਤੋਂ ਬਾਹਰ ਨਿਕਲਣ ਦਾ ਤਰੀਕਾ ਜਿਹੜਾ ਪਹਿਲੀ ਗੱਲ ਤਾਂ ਇਹ ਤਾਂ ਹੈ ਹੀ ਹੈ ਕਿ 100 ਰੁਪਿਆ 100 ਰੁਪਿਆ ਲੀਟਰ ਔਰ ਰਾਜਸਥਾਨ ਚ ਵਿਕ ਰਿਹਾ ਔਰ ਪ੍ਰੀਮੀਅਮ ਦੇ ਅਲਾਵਾ ਦੂਜਾ ਵਿਕ ਰਿਹਾ ਇੱਕ ਗੱਲ ਦੂਸਰੀ ਇਹ ਹੈ ਕਿ ਉੱਥੇ ਜਿਹੜੀਆਂ ਇਹ ਸਰਕਾਰਾਂ ਦੇ ਟੈਕਸ ਨੇ ਉਹ ਪੰਜਾਬ ਨਾਲੋਂ 8% ਜ਼ਿਆਦਾ ਔਰ ਪੰਜਾਬ ਦੇ ਵਿੱਚ ਉਹ ਹੀ ਜਿਹੜਾ ਅਸਲੇ ਪਰ ਪੰਜਾਬ ਦੇ ਵਿੱਚ ਵੀ ਤੇ 90 91 ਜਿਹੜਾ ਪੈਟਰੋਲ ਔਰ ਡੀਜ਼ਲ 80 81 ਤੋਂ ਉੱਪਰ ਚਲਾ ਗਿਆ ਇਹਦੇ ਵਾਸਤੇ ਕੱਲ ਪ੍ਰਧਾਨ ਮੰਤਰੀ ਨੇ ਕੋਚੀ ਵਾਲੇ ਪਾਸੇ ਇਹ ਗੱਲ ਕਹੀ ਕਿ ਸੈਲਫ ਸਫੀਸ਼ੀਐਂਸੀ ਜਿਹੜੀ ਹੈ ਇਹ ਜ਼ਰੂਰੀ ਹੈ ਅਸਲੇ ਅਸੀਂ ਵੰਦਨਾ ਜੀ 85% ਪੈਟਰੋਲ ਬਾਹਰੋਂ ਆਯਾਤ ਕਰ ਰਹੇ ਹੋ ਔਰ ਪ੍ਰਕ੍ਰਿਤਿਕ ਗੈਸ ਜਿਹੜੀ ਹੈ ਉਹ ਵੀ ਸਾਡੀ ਜਿਹੜੀ ਹੈਗੀ ਹੈ 53% ਤੋਂ ਬਾਹਰੋਂ ਲੈ ਰਹੇ ਆ ਇਹ ਜਦ ਤੱਕ ਅਸੀਂ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ ਯਾਦ ਰੱਖੋ ਇਹ ਪਹਿਲਾਂ ਕਿੰਨੀ ਦੇਰ ਪਹਿਲਾਂ ਬਣਾਇਆ ਗਿਆ ਸੀ ਕੀ ਪੁੱਛਿਆ ਜਾ ਸਕਦਾ ਹੈ ਕਿ ਹੁਣ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ ਦੀ ਐਕਟੀਵਿਟੀ ਘਟ ਕਿਉਂ ਗਈ ਹੈ ਡਿਸ ਇਨਵੈਸਟਮੈਂਟ ਦੇ ਜਵਾਰ ਦੇ ਵਿੱਚ ਇਹਨਾਂ ਦਾ ਟੋਟਲ ਬਿੱਲ ਜਿਹੜਾ ਅਧਾ ਰਹਿ ਗਿਆ ਜੀ ਜਿਹੜਾ ਇਨਵੈਸਟਮੈਂਟ ਦਾ ਇਨੂੰ ਦੁਬਾਰਾ ਜ਼ਿੰਦਾ ਕਰਨ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਕੱਲ ਕੋਸ਼ਨਾ ਕੀਤੀ ਕਿ ਮੈਂ ਇਨਫਰਾ ਸਚਨ ਨੂੰ ਹੁਲੋਣਾ ਦੇਵਾਂਗਾ ਕਿਉਂਕਿ ਇਨਫਰਾਸਟ੍ਰਕਚਰ ਨੂੰ ਹੁਲੋਣਾ ਨਹੀਂ ਦਿੱਤਾ ਗਿਆ ਅਜੇ ਵੀ ਅਸੀਂ ਅਸਾਮ ਡਿਗਬੋਈ ਤੱਕ ਹੀ ਸੀਮਿਤ ਅਸੀਂ ਉਸ ਤੋਂ ਅੱਗੇ ਨਹੀਂ ਜਾ ਰਹੇ ਔਰ ਸਾਨੂੰ ਲੱਭਣਾ ਪਏਗਾ ਕਿੱਥੇ ਨੇ ਸਾਡੇ ਆਪਣੇ ਪ੍ਰਕਿਰਤਿਕ ਸੈਦਨ ਪ੍ਰਕਿਰਤਿਕ ਗੈਸ ਤੇ ਕਿਥੇ ਅਸੀਂ ਆਪਣੇ ਪੈਰਾਂ ਤੇ ਆਪ ਖਲੋਈਏ ਇਹ ਜਿਹੜਾ ਆਯਾਤ ਹੈ ਨਾ 85% ਆਯਾਤ ਇਹ ਖਤਮ ਹੋਣਾ ਸਾਡੀ ਆਪਣੀ ਇੰਡੀਜਨਸ ਪ੍ਰੋਡਕਸ਼ਨ ਕਿਉਂ 1% ਘਟ ਗਈ ਜੀ ਔਰ ਜਿਸ ਵੇਲੇ ਅਸੀਂ ਇੰਟਰਨੈਸ਼ਨਲ ਕੀਮਤਾਂ ਦੇ ਅਲਾਵਾ ਅਸੀਂ ਆਪਣੇ ਅੰਦਰ ਵੀ ਚਾਤੀ ਮਾਰੀਏ ਤੇ ਪ੍ਰਧਾਨ ਮੰਤਰੀ ਹੋਰਾਂ ਦਾ ਇਹ ਆਵਾਹਨ ਜਿਹੜਾ ਹੈ ਇਹ ਸਰਕਾਰ ਹੋਵੇ ਤੇਰਾ ਬਹਾਹ ਨਹੀਂ ਨਾ ਰਹਿ ਜਾਵੇ ਔਰ ਆਇਲ ਐਂਡ ਨੈਚੁਰਲ ਗੈਸ ਕਮਸ਼ਨ ਨੂੰ ਜ਼ਿੰਦਾ ਕਰੋ ਤੇ ਦੂਜੇ ਹੋਰ ਪ੍ਰਕਿਰਤਿਕ ਸਾਧਨਾਂ ਦੀ ਐਕਸਪਲੋਰੇਸ਼ਨ ਨਾਲ ਵਧੋ ਜੀ ਬਿਲਕੁਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ ਦੇ ਵਿੱਚ ਕੱਲ ਇੱਕ ਬਲੂ ਇਕਨੋਮੀ ਦੀ ਗੱਲ ਕੀਤੀ ਇਹਦੇ ਕੀ ਅਰਥ ਨੇ ਇੱਕ ਇਹ ਕਹਨ ਨੂੰ ਵਿਸ਼ਾ ਵਸਤੇ ਇੱਕ ਬੜੀ ਅਟ੍ਰੈਕਟਿਵ ਜਮੀਨ ਟਰਮ ਆ ਗਈ ਕੋਈ ਨੇ ਜਾ ਗਈ ਪ੍ਰਧਾਨ ਮੰਤਰੀ ਜੀ ਨੇ ਤੁਸੀਂ ਗ੍ਰੀਨ ਰੈਵਲੂਸ਼ਨ ਗ੍ਰੀਨ ਇਕਨੋਮੀ ਤੇ ਸੁਣੀ ਹੋਣੀ ਹੈ এনवायरमेंटਲ ਇਕਨੋਮੀ ਨੂੰ ਪੀਲੇ ਨਾਲ ਜੋੜ ਦਿੰਦੇ ਨੇ ਲੇਕਿਨ ਇਹ ਜਿਹੜੀ ਬਲੂ ਇਕਨੋਮੀ ਹੈ ਇਹ ਕੀ ਇੱਕ ਸਮੁੰਦਰ ਦੇ ਰਸਤੇ ਤੇ ਜਿਹੜੀ ਅਸੀਂ ਸਾਰੀ ਇਕਨੋਮੀ ਜਿਹੜੀ ਹੈ ਉਹਦੇ ਸਮੁੰਦਰ ਵੀ ਬਹੁਤ ਵੱਡਾ ਹਿੱਸਾ ਅਦਾ ਕਰਦਾ ਹੈ ਉਹਦੇ ਵਿੱਚ ਸਮੁੰਦਰ ਦੇ ਟਟਾਂ ਦਾ ਵਿਕਾਸ ਸੁਨ ਸਮੁੰਦਰ ਦੀਆਂ بندرگاہਾਂ ਦਾ ਵਿਕਾਸ ਊਰਜਾ ਦਾ ਵਿਕਾਸ ਇਹ ਸਾਰੀਆਂ ਜਿਹੜੀਆਂ ਔਰ ਟਟਾਂ ਦੀ ਕਨੈਕਟੀਵਿਟੀ ਇੱਕ ਦੀ ਦੂਸਰੇ ਨਾਲ ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਬਲੂ ਇਕਨੋਮੀ ਸਮੁੰਦਰ ਦਾ ਰੰਗ ਨੀਲਾ ਹੁੰਦਾ ਇਸ ਕਰਕੇ ਬਲੂ ਇਕਨੋਮੀ ਦੀ ਗੱਲ ਕਰਕੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਅਸੀਂ ਇੱਕ ਨਵਾਂ ਹੱਦ ਫੜਨੀ ਹੈ ਸੜਕਾਂ ਦੇ ਦੁਆਰਾ ਕਰਦੇ ਹੋ ਕਨੈਕਟੀਵਿਟੀ ਹਵਾਈ ਜਹਾਜ਼ਾਂ ਦੇ ਦੁਆਰਾ ਕਰਦੇ ਹੋ ਜੇ ਸਮੁੰਦਰੀ ਕਨੈਕਟੀਵਿਟੀ ਨੂੰ ਅਸੀਂ ਵਧਾ ਲਵਾਂਗੇ ਤੇ ਨਿਸ਼ਚੈ ਹੀ ਬਹੁਤ ਜ਼ਿਆਦਾ ਭਾਰਾ ਭਾਰਾ ਮਾਲ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕੇਗਾ ਔਰ ਇੱਕ ਐਸੀ ਦਸਤਾ ਖੁੱਲੇਗਾ ਜਿਹੜਾ ਦਸਤਾ ਆਮ ਤੌਰ ਦੇ ਉੱਪਰ ਅਜੇ ਤੱਕ ਧਿਆਨ ਨਹੀਂ ਸੀ ਕੀਤਾ ਜਾਇਆ ਹੁਣ ਅਸੀਂ ਇਸ ਦੇ ਵਿੱਚ ਕਿੰਨੀ ਕ ਕਾਮਯਾਬੀ ਹਾਸਲ ਕਰਦੇ ਹਾਂ ਇਹ ਬਹੁਤ ਕੁਝ ਹੋਰ ਗੱਲਾਂ ਤੇ ਵੀ ਨਿਰਭਰ ਕਰੇਗਾ ਬਹੁਤ ਕੁਝ ਇਸ ਦੀ ਜਾਗਰੂਕਤਾ ਤੇ ਵੀ ਨਿਰਭਰ ਕਰੇਗਾ ਪਰ ਇੱਕ ਨਮਕਦਮ ਤੇ ਹੈ ਹੀ ਕਿ ਬਲੂ ਇਕਨੋਮੀ ਨਿਯੋਦਾਵੀ ਵਿਕਾਸ ਕਰੋ ਬਿਲਕੁਲ ਸੁਰੇਸ਼ ਜੀ ਜਿਵੇਂ ਕਿ ਆਪਾਂ ਇਕਨੋਮੀ ਦੀ ਗੱਲ ਕਰ ਰਹੇ ਹਾਂ ਤਾਂ ਕਰੋਨਾ ਦੇ ਸਮੇਂ ਦੇ ਦੌਰਾਨ ਜਦੋਂ ਕਰੋਨਾ ਬਹੁਤ ਉੱਪਰ ਚੱਲ ਰਿਹਾ ਸੀ ਕੇਸ ਬਹੁਤ ਜ਼ਿਆਦਾ ਸੀ ਔਰ ਪੂਰੀ ਦੁਨੀਆ ਦੇ ਵਿੱਚ ਆਰਥਿਕਤਾ ਜਿਹੜੀ ਨੂੰ ਨੁਕਸਾਨ ਹੋਇਆ ਭਾਰਤ ਦੇ ਵਿੱਚ ਵੀ ਨੁਕਸਾਨ ਹੋਇਆ ਇਸ ਵੇਲੇ ਜੇਕਰ ਗੱਲ ਕਰੀਏ ਤਾਂ ਭਾਰਤ ਦੀ ਆਰਥਿਕਤਾ ਦੀ ਗੱਲ ਕਰੀਏ ਤਾਂ ਕਿਵੇਂ ਦੇ ਹਾਲਾਤ ਨੇ ਭਾਰਤ ਦੀ ਆਰਥਿਕਤਾ ਬਾਰੇ ਮੇਰੀ ਆਪਣੀ ਇੱਕ ਅਰਥ ਸ਼ਾਸਤਰ ਦੇ ਸਟੂਡੈਂਟ ਹੋਣ ਦੇ ਨਾਤੇ ਕਿਉਂਕਿ ਉਹਦੇ ਨਾਲ ਵੀ ਪਤਾ ਹੀ ਹੈ ਤੁਹਾਨੂੰ ਕਿ ਮੇਰੀ ਬਹੁਤ ਕਾਫੀ ਦਿਲਚਸਪੀ ਹੈ ਔਰ ਮੈਂ ਪੜਿਆ ਵੀ ਹੈ ਮੈਂ ਸਮਝਣਾ ਕਿ ਸਭ ਤੋਂ ਜ਼ਿਆਦਾ ਇਸ ਦੇ ਰੋਜ਼ਗਾਰ ਰੋਜ਼ਗਾਰ ਜਿਹੜਾ ਉਹ ਨੌਜਵਾਨ ਬੇਕਾਰਾਂ ਨੂੰ ਦੇਣ ਦੀ ਲੋੜ ਹੈ ਉਹਦੇ ਵਾਸਤੇ ਜਿਹੜੇ ਮੀਡੀਅਮ ਔਰ ਸਮਾਲ ਸਕੇਲ ਇੰਡਸਟਰੀਜ਼ ਨੇ ਉਹਦੀ ਡਿਵੈਲਪਮੈਂਟ ਔਰ ਸਾਡੀ ਖੇਤੀਬਾੜੀ ਖੇਤੀਬਾੜੀ ਦੇ ਨਾਲ ਜਿਹੜੀਆਂ ਐਕਸੈਸਰੀਜ਼ ਨੇ ਅਸੀਂ ਉਹਦੇ ਨਾਲ ਜਿਹੜੇ ਸਹਾਇਕੀ ਉਦਯੋਗਦੰਦੇ ਨੇ ਜਦ ਤੱਕ ਅਸੀਂ ਉਹਨਾਂ ਦੀ ਡਿਵੈਲਪਮੈਂਟ ਨਹੀਂ ਕਰਦੇ ਤਦ ਤੱਕ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲੇਗਾ ਕੱਲ ਵਿਮਲ ਜਲਾਣ ਨੇ ਵੀ ਇਹੋ ਜਿਹੀ ਗੱਲ ਤੇ ਜ਼ੋਰ ਦਿੱਤਾ ਔਰ ਉਹ ਪੂਰਵ ਗਵਰਨਰ ਸਾ ਸਾਡੇ ਜਰਾ ਬੰਕਦੇ ਕਿ ਰੋਜ਼ਗਾਰ 'ਤੇ ਧਿਆਨ ਦਿਓ ਰੋਜ਼ਗਾਰ 'ਤੇ ਧਿਆਨ ਦਿਓ ਉਹਦੇ ਨਾਲ ਹੀ ਮਹਿੰਗਾਈ ਖਤਮ ਹੋਏਗੀ ਉਹਦੇ ਨਾਲ ਹੀ ਤੂਤੀ ਗੱਲ ਭ੍ਰਸ਼ਟਾਚਾਰ ਜੀ ਭ੍ਰਸ਼ਟਾਚਾਰ ਅਜੇ ਤੱਕ ਵੀ ਆਪਣੇ ਦਿਆਨੇ ਫੈਲਾ ਰਿਹਾ ਹੈ ਔਰ ਸਰਕਾਰ ਨੂੰ ਇਹਦੇ ਤੇ ਵੀ ਇਕਦਮ ਸਖਤ ਹੋ ਕੇ ਇਹਦਾ ਫੈਸਲਾ ਕਰਨਾ ਪੈਣਾ ਹੈ ਜੀ ਬਿਲਕੁਲ ਹੁਣ ਗੱਲ ਕਰਾਂਗੇ ਮੌਸਮ ਦੀ ਲਗਾਤਾਰ ਤਬਦੀਲੀ ਜਿਹੜੀ ਇਹ ਮੌਸਮ ਦੇ ਵਿੱਚ ਹੋ ਰਹੀ ਹੈ ਪਹਾੜਾਂ ਦੇ ਵਿੱਚ ਬਰਫਬਾਰੀ ਤਾਜ਼ਾ ਬਰਫਬਾਰੀ ਦੇ ਕਾਰਨ ਜਿਹੜੇ ਮੈਦਾਨੀ ਇਲਾਕੇ ਨੇ ਉੱਤੇ ਬਹੁਤ ਸਾਰੇ ਪ੍ਰਭਾਵ ਜਿਹੜੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਐ ਇਨਨੋ ਸਭ ਤੋਂ ਪਹਿਲਾਂ ਤਾਂ ਸਵੇਰੇ ਹੀ ਪ੍ਰਭਾਵ ਨਜ਼ਰ ਆ ਗਿਆ ਜਦੋਂ ਮੈਂ ਆਪਣੀ ਕਾਰ ਲੈ ਕੇ ਦਨੁਆ ਰਿਆ ਸੀ ਤੇ ਤੁੰਦ 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 ਸੋ ਇਹ ਜਿਹੜੀ ਤੁੰਦ ਹੈ ਇਹ ਹੈ ਬਰਫਬਾਰੀ ਹੋ ਗਈ ਉੱਪਰ ਉੱਪਰ ਪਹਾੜਾਂ ਤੇ ਬਰਫਬਾਰੀ ਦਾ ਹੋਣਾ ਇੱਕਦਮ ਥੱਲੇ ਰੋਤਾਂਗ ਤੇ ਮਨਾਲੀਆਂ ਦੀਆਂ ਉੱਚੀ ਚੋਟੀਆਂ ਦੇ ਉੱਪਰ ਬਰ ਪੈ ਗਈ ਜੀ ਔਰ ਉਸ ਬਰਫ ਦੀ وجہ ਨਾਲ ਲੇਕਿਨ ਇਹਦੇ ਵਾਸਤੇ ਆਮ ਲੋਕਾਂ ਨੂੰ ਸਾਵਧਾਨ ਰਹਿਣਾ ਪਏਗਾ ਕਿਉਂਕਿ ਸਵੇਰੇ ਔਰ ਰਾਤ ਨੂੰ ਇੰਨੀ ਤੁੰਦ ਹੁੰਦੀ ਹੈ ਕਿ ਜਦੋਂ ਅਸੀਂ ਗੱਡੀਆਂ ਕੱਢਦੇ ਆ ਜਾਂ ਵਾਹਨ ਚਲਾਣੇ ਆ ਤੇ ਉਹਨਾਂ ਦੇ ਵਿੱਚ ਐਕਸੀਡੈਂਟ ਦੀ ਮਾਤਰਾ ਵਧ ਰਹੀ ਹੈ ਜੀ ਪ੍ਰਾਕ੍ਰਿਤਿਕ ਐਕਸੀਡੈਂਟ ਵੀ ਚੱਲੇ ਨੇ ਜਿਵੇਂ ਲਈ ਤੁਹਾਨੂੰ ਯਾਦ ਹੀ ਹੈ ਔਰ ਉੱਥੇ ਵੀ ਉਸ ਤੋਂ ਲੈ ਕੇ ਇਹ ਜਿਹੜੇ ਸੜਕਦਿਆਂ ਮੈਦਾਨਾਂ ਨੇ ਇੱਥੇ ਤੱਕ ਆਵਾਗਮਨ ਜਿਹੜਾ ਉਹ ਬੜੇ ਪੂਰੇ ਤਰੀਕੇ ਨਾਲ ਹੋਣਾ ਚਾਹੀਦਾ ਹੁਣ ਐ ਮੈਂ ਸਮਝਦਾ ਕਿ ਜਿੱਥੋਂ ਤੱਕ ਅਸੀਂ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਕੌਸ਼ਿਅਸ ਹੋ ਕੇ ਚੱਲੀਏ ਹਰ ਚੀਜ਼ ਦੀ ਕੌਸ਼ਿਅਸ ਦੀ ਲੋੜ ਹੈ ਕੌਸ਼ਿਅਸਨੈਸ ਤੇ ਸਾਵਧਾਨੀ ਤੇ ਲੋੜ ਹੈ ਸਾਵਧਾਨੀ ਜਿਹੜੀ ਹੈ ਸਾਵਧਾਨੀ ਟਲੀ ਦੁਰਘਟਨਾ ਘਟੀ ਜੀ ਬਿਲਕੁਲ ਸਾਵਧਾਨੀ ਟਲੀ ਦੁਰਘਟਨਾ ਘਟੀ ਤੋਂ ਦੇ ਵਿੱਚ ਆ ਗਿਆ ਮੌਸਮ ਮੌਸਮ ਜਾ ਗਈ ਤੁੰਦ ਜੀ ਬਿਲਕੁਲ ਇਸ ਦੇ ਨਾਲ ਹੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਵਿੱਚ ਹਥਿਆਰਾਂ ਦਾ ਜ਼ਖੀਰਾ ਜਿਹੜਾ ਬਰਾਮਦ ਹੋਇਆ ਅੱਤਵਾਦੀਆਂ ਦਾ ਇੱਕ ਕੈਂਪ ਵੀ ਫੜਿਆ ਗਿਆ ਆ ਗੱਲ ਕਰੀਏ ਸੁਰੇਸ਼ ਜੀ ਤਾਂ ਲਗਾਤਾਰ ਕਈ ਮਹੀਨਿਆਂ ਤੋਂ ਇਹ ਹਮਲੇ ਵਧ ਰਹੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਹੁਣ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੁੰਦਾ ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਇੱਥੇ ਹੀ ਨਹੀਂ ਹਥਿਆਰਾਂ ਦੇ ਜ਼ਖੀਰਾ ਹੀ ਨਹੀਂ ਬਰਾਮਦ ਹੋ ਰਹੇ ਬਲਕਿ ਸੁਰੰਗਾਂ ਵੀ ਨਿਕਲ ਰਹੀਆਂ ਜੀ ਉਦੋਂ ਪਾਕਿਸਤਾਨ ਚੋ ਸੁਰੰਗ ਕੱਢਦੇ ਨਹੀਂ ਤੇ ਦਰ ਕਠੂਆ ਜਾਂ ਦੂਜੇ ਇਲਾਕਿਆਂ ਦੇ ਵਿੱਚ ਅਸੀਂ ਸੁਰੰਗਾ ਡਿਟੈਕਟ ਕੀਤੀਆਂ ਇਹ ਇੱਕ ਐਸਾ ਮੈਂ ਸਮਝੀਨਾ ਕਿ ਇੱਕ ਚਲਾਕੀ ਭਰਿਆ ਛਤਰਤਾਪੂਰਨ ਰਵਈਆ ਕਿ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਉਪਰੋ ਗਣਾ ਜੀ ਕਿ ਸਾਡਾ ਤੇ ਇੱਕੋ ਹੀ ਸਹਾਰ ਦਾ ਅਸੀਂ ਤੇ ਇੱਕੋ ਜਿਹੇ ਆ ਅਸੀਂ ਤੇ ਭਰਾ ਭਰਾ ਵਾਂ ਤੇ ਅੰਦਰੋਂ ਇਹ ਜਿਹੜਾ ਮਿੱਤਰਘਾਤ ਹੈ ਇਹ ਜਿਹੜਾ ਔਰ ਇਹ ਸਾਰੀਆਂ ਜਿਹੜਾ ਇਹ ਇੱਕ ਐਸੀ ਬਿਮਾਰੀ ਹੈ ਐਸੇਲੇ ਵੀ ਹੁਣ ਤੁਹਾਨੂੰ ਪਤਾ ਪਿੱਛੇ ਬਾਹਰਲੇ ਸੰਸਦ ਦਾ ਇੱਕ ਚੱਕਰ ਲਗਾ ਚ ਗਏ ਨੇ ਅਸੀਂ ਕਸ਼ਮੀਰ ਦੀ ਘਾਟੀ ਦੇ ਵਿੱਚ ਪੂਰਾ ਪ੍ਰਜਾਤੰਤ੍ਰਿਕ ਮਾਹੌਲ ਜਿਹੜਾ ਪੈਦਾ ਉਹਨਾਂ ਨੇ ਦੇਖਿਆ ਲੇਕਿਨ ਇਹਦੇ ਵਿੱਚ ਜਿਹੜੀ ਇਹ ਹੈ ਸਾਰੀ ਦੀ ਸਾਰੀ ਸ਼ਤਰੂਤਾਪੂਰਨ ਕਾਰਵਾਈ ਹੈ ਇਹ ਜਿਹੜੀ ਹੈ ਇਹ ਖਤਮ ਹੋਣੀ ਚਾਹੀਦੀ ਹੈ ਜ਼ਰੂਰ ਖਤਮ ਹੋਣੀ ਚਾਹੀਦੀ ਜੀ ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਇਤ ਤੇ ਇਸਮਾਪਤ ਹੋ ਰਿਹਾ ਸ੍ਰੀਜੀ ਪ੍ਰੋਗਰਾਮ ਦੇ ਵਿੱਚ ਆਨਲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਸੁਰੇਸ਼ ਸੇੜ ਜੀ ਨੂੰ ਦੇਉ ਇਜਾਜ਼ਤ ਧੰਨਵਾਦ